साढ़े त्रैवण देहुरी चले पानी अन्न आयो बंदा दुनी विच बत असूनी बन। साढ़े त्रैवण देहरी लैके आ गए उन्होंने मन होर होने ने अज कल आने मन नहीं है साढ़े त्रैवण उस वेले दे मन दी गल है। साढ़े त्रैवण देहरी चले पानी अन्न बहाली दे चले पानी अन्न चलती कहदे नाल अन्न और पानी चले पानी अन्न आयो बंदा दुनी विच बत असूनी बन। ए आया कादे वास्ते भाई दुनिया च की करना है एक गल है जेड़ी अनसुनी है जेड़ी सुनी नहीं किसे ने सुनी है जेड़ी सुनदी ओह नहीं है बत असूनी बन। आहो एक गल ऐसी बात है इत्थे जेड़ी कन्नां नूं नहीं सुनदी कदी ना सुनिया है ऐसी बात है एक गल है इत्थे जेड़ी कन्नां नूं नहीं सुनदी ओहनूं सुनना है ओह जेड़ी कन्नां नूं ना सुनन वाली गल है ओहनूं सुनना आया है। हुक्म है जेड़ा कन्नां नूं नहीं सुनदा ओहनूं सुनना आया है। जो गाली रब कियां ना जो मन चेतना चेते सो गाली रब ओह रब कियां गल्लां सुनन आया है जेड़ी रब दी आवाज है ना आवाज ओह तां सुनने आया है चेती चेती ही नहीं है सुननी जे ओ सुनती हो पंगे लेंदा ही नहीं फिर नहीं पंगे लेंदा फिर दावे नहीं करता फिर नहीं मतलब फिर गल्ला नहीं करता फिर दावे नहीं करता है भी साडा हुण अकाली दल सारे हिंदुस्तान च बन गया दिल्ली च भी बन गया हरियाणा च भी बन गया उधर फिर ये गल्ला नहीं करता है ऑल इंडिया हो गया साडा फलाना हो गया चाहे पंजाब चो भी जड़ पट्टी जाए कल नूं भी नहीं पता की पता की होना वो पता है दावे करते ने रब भुलिया होया दावे तां करते ने। हां जी आयो बंदा दुनिया विच बत असूनी बन मलकल मौत जा आपसी सब दरवाजे भन मलकल मौत जा आपसी ਉਹ ਜਿਹੜੀ ਮੌਤ ਆ ਨਾ ਜਦ ਆਉਣੀ ਹੈ ਮਲ ਕੱਲ ਮਲ ਹੁੰਦੀ ਹੈ ਮੈਲ ਕੱਲ ਹੁੰਦੀ ਹੈ ਕਲਪਨਾ ਮਾਇਆ ਜੀ ਜਿਹੜੀ ਤੇਰੀ ਕਲਪਨਾ ਹੈ ਇਹਦੇ ਵਿੱਚ ਹੀ ਮੌਤ ਆ ਜਾਣੀ ਜੋ ਮਾਇਆ ਦੀ ਦੌੜ ਹੈ ਨਾ ਇਹਦੀ ਉਹ ਮੌਤ ਆਉਣੀ ਹੈ ਸੱਚ ਮਾਇਆ ਦੀ ਦੌੜ ਹੈ ਬੰਦ ਹੋਣੀ ਉਹ ਮਰਦਾ ਤਾਂ ਹੈ ਹੀ ਨਹੀਂ ਨਾ ਦੂਰ ਤੱਕ ਆਲ ਇੰਡੀਆ ਪਾਰਟੀ ਜਲਾਂ ਪੱਟ ਕੇ ਬੁੱਧੀਆਂ ਕਰ ਰਹੀਆਂ ਆਵੇ ਸਭ ਦਰਵਾਜੇ ਭੰਨ ਸਾਰੇ ਦਰਵਾਜੇ ਭੰਨ ਕੇ ਆ ਜਾਣੀਆਂ ਜਿੰਨਾ ਮਰਜ਼ੀ ਦਾ ਜਿੰਨੀ ਮਰਜ਼ੀ ਸਿਕਿਉਰਿਟੀ ਹੋਵੇ ਤੇਰੇ ਕੋਲ ਚਾਹੇ ਜੈਡ ਹੋਵੇ ਚਾਹੇ ਜੈਡ ਦਾ ਵੀ ਚਾਹੇ ਏ ਟੂ ਜੈਡ ਹੋਵੇ ਚਾਹੇ ਕੱਲਾ ਜੈਡ ਹੋਵੇ ਚਾਹੇ ਏ ਟੂ ਜੈਡ ਹੋਵੇ ਡਬਲ ਜੈਡ ਹੋ ਜਾਏ ਏ ਟੂ ਜੈਡ ਹੋਵੇ ਤਾਂ ਵੀ ਨਹੀਂ ਉਹ ਰੁਕਣੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਅਸੀਂ ਜਿਹੜੇ ਨਾਲ ਦੇ ਨੇ ਨਾ ਬੋਡੀ ਗਾਰਡ ਸਾਰੇ ਇਹਨਾਂ ਨੇ ਜਾ ਕੇ ਬੰਨਣਾ ਫਿਰ ਅਸੀਂ ਤੇ ਉਹੀ ਬੰਨਣਗੇ ਨਾਲ ਉਹੀ ਹੁੰਦੇ ਨੇ ਜਿਹੜੇ ਨਾਲ ਹੁੰਦੇ ਨੇ ਉਹਨਾਂ ਨੇ ਦਵਾ ਦਵਾ ਫਿਰ ਉਹ ਕਹਿਣਾ ਬੋਡੀਗਾਰਡਾਂ ਨੀ ਸਾਰੇ ਭਾਈ ਬੋਡੀਗਾਰਡ ਹੁੰਦੇ ਨੇ ਭਾਈ ਬੋਡੀਗਾਰਡ ਹੁੰਦੇ ਨੇ ਹਸਪਤਾਲ ਖੜੇ ਨੇ ਵੀ ਬੋਡੀਗਾਰਡ ਸਾਰੇ ਕਰਦੇ ਹੀ ਨੇ ਕਰਨਾ ਚਾਹੀਦਾ ਵੀ ਇਹ ਦਨੈਬੀ ਗੱਲ ਹੈ ਇਹ ਬੋਡੀ ਦੇ ਗਾਰਡ ਨੇ ਉਹ ਆਤਮਾ ਦੇ ਗਾਰਡ ਕੋਈ ਨੀ ਹੈ ਇਹਨਾਂ ਨੇ ਬੋਡੀ ਨੂੰ ਅੱਗੇ ਬੰਨ ਦੇਣਾ ਜਾ ਕੇ ਅੱਗੇ ਦਿੱਤਾ ਬੰਨ ਨਹੀਂ ਅੱਗੇ ਦਿੱਤਾ ਬੰਨ ਅੱਗੇ ਦੀ ਗੱਲ ਹੈ ਇੱਥੇ ਨਹੀਂ ਦਿੱਤਾ ਬੰਨ ਅੱਗੇ ਪਿਆਰੇ ਭਾਈਆਂ ਜਿਹਨਾਂ ਖਾਤਰ ਤੇ ਅਪਰਾਧ ਕੀਤੇ ਨੇ ਅੱਗੇ ਬੰਨਿਆ ਗਿਆ ਤੂੰ ਹੋਰ ਜੂਨਾਂ ਚ ਇਹਦਾ ਕਰਕੇ ਕੇਸ ਬਣਿਆ ਜਿਹੜੇ ਭਾਈਆਂ ਖਾਤਰ ਕਰਦਾ ਰਹਿਣਾ ਅਪਰਾਧ ਇਹਨਾਂ ਭਾਈਆਂ ਪਿਆਰਿਆਂ ਦੇ ਕਾਰਨ ਤੈਨੂੰ ਗਾਹ ਬੰਨ ਦਿੱਤਾ ਸਜ਼ਾ ਤੂੰ ਲਾ ਲਈ ਪਿਆਰ ਬੜਾ ਸੀ ਨਾ ਇਹਨਾਂ ਨਾਲ ਅੱਗੇ ਵੱਜ ਗਿਆ ਤੂੰ ਅਪਰਾਧ ਤੈਅ ਕੀਤੇ
ਇਹ ਜਿਹੜਾ ਬੜਾ ਤਾਜ ਲਾਇਆ ਨਾ, ਬੜੀ ਆਲੇ ਦੁਆਲੇ ਫੌਜ ਇਕੱਠੀ ਕੀਤੀ ਹੋਈ ਹੈ, ਇਹ ਅਪਰਾਧ ਕਰਦੇ ਨੇ, ਤੁਹਾਡੇ ਨਾਂ ਤੇ ਛੁੱਟਦੇ ਨੇ, ਇਹ ਅਪਰਾਧ ਦਾ ਨਾ ਹਿਸਾਬ ਥੋਤੇ ਲਿਆ ਜਾਊਗਾ। ਜਿਹੜੇ ਅਪਰਾਧ ਜਿਹਦੇ ਸਿਰ ਤੇ ਕਰ ਰਹੇ ਹੋ ਰਿਹਾ ਅਪਰਾਧ, ਜਿਹੜਾ ਅਪਰਾਧੀ ਨੂੰ ਛਡਾ ਰਿਹਾ ਉਹਦਾ ਹਿਸਾਬ, ਜਾਂ ਜਿਹੜਾ ਅਪਰਾਧੀ ਨੂੰ ਉਕਸਾ ਰਿਹਾ ਉਹ ਹਿੱਸੇਦਾਰ ਹੈ ਅਪਰਾਧ ਦਾ। ਇਹ ਪਿਆਰੇ ਭਾਈਆਂ ਨੇ ਅੱਗੇ ਬਣਾ ਦੇਣਾ ਤੈਨੂੰ, ਇਹ ਕੇਸ ਹੋਰ ਬਣ ਜਾਣੇ ਨਾਲ, ਮਸ਼ਵਰੇ ਦੇ ਕੇਸ ਬਣ ਜਾਣੇ ਨਾਲ, ਮਸ਼ਵਰਾ ਤੇਰਾ ਸੀ, ਤੇਰੀ ਸ਼ਹਿ ਸੀ, ਬਣਦੇ ਹੀ ਨਾ ਕੇਸ, ਇਨਵੋਲਵ ਹੋ ਜਾਣਾ ਹਰੇਕ ਕੇਸ ਦੇ, ਹਰੇਕ ਅਪਰਾਧ ਚ ਇਨਵੋਲਵ ਹੈ ਤੂੰ। ਜਿੰਨੇ ਅਪਰਾਧ ਹੋ ਰਹੇ ਨੇ ਉਹਨਾਂ ਸਾਰੇ ਅਪਰਾਧਾਂ ਜੇ ਤਾਂ ਕੁਛ ਕੀਤੀ ਹੈ ਮਦਦ, ਤਾਂ ਅਪਰਾਧੀ ਨਾਲ ਹੈ ਤੂੰ। ਅਪਰਾਧੀ ਇੱਥੇ ਵੀ ਬਣਦਾ ਹੀ ਹੈ, ਜਿੰਨੇ ਕੇਸਾਂ ਦੇ ਵਿੱਚ ਕਿਸੇ ਦਾ ਕੋਈ ਹੁੰਦਾ ਰੋਲ, ਉਹਨਾਂ ਕੁ ਅਪਰਾਧ ਹੋਏ ਤਾਂ ਆਇਦ ਹੋ ਜਾਂਦਾ। ਇਹਨਾਂ ਪਿਆਰੇ ਭਾਈਆਂ ਜਿਹਦੀ ਵੱਡੀ ਪਾਰਟੀ ਹੈ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ 14 ਜਣਿਆਂ ਦੇ ਕੰਨ, ਜਿਹੜਾ ਬੜੇ ਬੜੇ ਦਾਅਵਾ ਕਰਦਾ ਸੀ ਕਿੱਥੇ, ਚਾਰ ਆਦਮੀ ਵੋਟੇ ਤੇ ਚੱਕੀ ਜਾਂਦੇ ਨੇ, ਚੌਂ ਜਣਿਆਂ ਦੇ ਚਾਰ ਆਦਮੀਆਂ ਦੇ ਕੰਨਿਆਂ ਤੇ ਚੱਕਿਆ ਜਾਂਦਾ, ਜਿਹੜੇ ਬੜੇ ਬੜੇ ਦਾਅਵੇ ਕਰ, ਜਿਹਨੇ ਸਾਰੀ ਪਬਲਿਕ ਚੱਕੀ ਹੋਈ ਤੇ ਆਪਣੇ ਮੋਢਿਆਂ ਤੇ ਹਿੰਦੁਸਤਾਨ ਦਾ ਬੋਝ ਚੱਕਿਆ, ਤਾਂ ਉਹਨੂੰ ਚਾਰ ਆਦਮੀ ਚੱਕੀ ਜਾਂਦੇ ਨੇ। ਜਿਵੇਂ ਮੋਦੀ ਨੇ ਦਾਅਵਾ ਕੀਤਾ ਹੁਣ ਚੰਗੇ ਦਿਨ ਆਉਂਦੇ ਹਿੰਦੁਸਤਾਨ ਦੇ, ਚਾਰ ਆਦਮੀਆਂ ਦੇ ਕੰਨੇ ਤੇ ਚੱਕਿਆ ਹੋਇਆ, ਆਪਣੇ ਦਿਨ ਨਹੀਂ ਪਤਾ ਕਹੇ ਆਉਣਗੇ, ਤਾਂ ਦਾਅਵਾ ਨਹੀਂ ਕਰ ਸਕਦਾ ਕੋਈ ਵੀ। ਚੰਗੇ ਦਿਨ ਆਉਣਾ ਨੇ, ਮਾੜੇ ਆਉਣੇ ਨੇ, ਪਰਮੇਸ਼ਰ ਜਾਣੇ, ਤਾਂ ਪਰਮੇਸ਼ਰ ਦੀ ਖੇਡ ਹੈ। ਤੂੰ ਕਿਵੇਂ ਕਹਿ ਸਕਦਾ, ਮੈਂ ਕਿਵੇਂ ਕਹਿ ਸਕਦਾ, ਚੰਗੇ ਦਿਨ ਆਉਣਗੇ, ਚੰਗੇ ਦਿਨ ਆਉਣੇ ਨੇ, ਮਾੜੇ ਆਉਣੇ ਤਾਂ ਉਹਦੇ ਹੱਥ। ਹਾਂਜੀ, ਖਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰਗਾਹ ਆਵੇ ਆਏ ਕੰਮ, ਬਸ ਜੋ ਦੁਨੀਆਂ 'ਚ ਅਮਲ ਕੀਤੇ ਨੇ ਉਹੀ ਦਰਗਾਹ 'ਚ ਕੰਮ ਆਉਣੇ, ਚੰਗੇ ਕੀਤੇ ਨੇ ਜਾਂ ਮਾੜੇ ਕੀਤੇ ਨੇ, ਜੇ ਚੰਗੇ ਕੀਤੇ ਨੇ ਤਾਂ ਕੰਮ ਆ ਜਾਣਗੇ ਚੰਗੇ, ਜੇ ਮਾੜੇ ਕੀਤੇ ਨੇ ਤਾਂ ਦੂਏ ਕੰਮ ਆ ਜਾਣਗੇ, ਕੇਸ ਹੋਰ ਬਣ ਜਾਣਗੇ ਮਜ਼ਬੂਤ, ਉਹ ਵੀ ਤਾਂ ਕੰਮੇ ਆਉਣੇ ਨੇ ਕੰਮ, ਉਹ ਦੇਖੋ ਨਾ, ਇੱਕ ਵਿਰੋਧੀ ਦੇ ਕੰਮ ਆਉਣੀ ਹੈ ਚੀਜ਼, ਇੱਕ ਤੇਰੇ ਹੱਕ ਚ ਕੰਮ ਹੋਣੀ, ਇੱਕ ਤੇਰੇ ਖਿਲਾਫ ਕੰਮ ਆ ਜਾਣੀ, ਕੋਈ ਕੰਮ ਹੋਣਾ ਨੀ। ਹਾਂਜੀ, ਰੀਤਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਹੜਾ ਵਾਸ, ਕੰਕਰ ਚੁਗਣ ਹੱਲ ਵਸਣ ਰੱਬ ਨਾ ਸੋਟਣ ਪਾ। ਜੇ ਅਮਲ ਦਾ ਲਫ਼ਜ਼ ਕੋਈ ਨਸ਼ਾ ਰੱਖ ਲਵੇ, ਚੰਗੇ ਅਮਲ ਖਾਣੇ ਵਾਲੇ, ਅਮਲ ਕੀਤੇ ਨੂੰ ਅਮਲ ਖਾਣਾ ਬਣ ਲੈਣ, ਦਰਗਾਹੇ ਆਵੇ ਉਹ ਅਰਥ ਕਰ ਲੈਣ, ਜਿਹੜੇ ਅਮਲ ਖਾਧੇ ਨੇ ਕੰਮ ਆਉਣੇ ਨੇ ਸੰਸਾਰ, ਤਦੋਂ ਕੌਣ ਹਟਾਊ ਉਹਨਾਂ ਨੂੰ, ਉਹ ਤਾਂ ਅਰਥ ਕਰ ਲੈਣ, ਤੁਸੀਂ ਕੀ ਕਰੋਗੇ ਉਹਨਾਂ ਨੂੰ ਕਿਵੇਂ ਹਟਾਉਂਗੇ। ਅਮਲੀ ਕੋ ਜੈਸੇ ਅਮਲ ਬਾਲ ਆ ਮੇਰੇ ਮਨ ਮਤਲਬ, ਇਹ ਜੋ ਘੜੀਸਦੇ ਨੇ ਅਰਥਾਂ ਨੂੰ, ਉਹ ਨੀ ਘੜੀਸ ਸਕਦੇ, ਤੇਰੀਆ ਚਰਿੱਤਰ ਨੂੰ ਘੜੀਸਦੇ ਨੇ, ਅਜੇ ਅਮਲੀ ਗੱਲ ਨੂੰ ਘੜੀਸ ਲੈਣ ਦੇ ਭਗਤੀ ਨੂੰ, ਇਹ ਕੀ ਕਰਨਗੇ, ਇਹਦਾ ਵੀ ਜਵਾਬ ਨੀ ਹੈ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਅਮਲ ਕੀਤੇ ਨੇ ਉਹੀ ਕੰਮ ਆਏ ਨੇ, ਜਿਹੜਾ ਨਹੀਂ ਕੀਤੇ ਉਹਨਾਂ ਦੇ ਕੰਮੇ ਨੀ ਆਇਆ ਕੁਛ, ਉਹ ਇਹ ਅਰਥ ਕਰ ਲੈਣ, ਹਾਲਾਂਕਿ ਅਰਥ ਨੀ ਬਣਦੇ ਇਹ, ਪਰ ਮਿਸਯੂਜ਼ ਤਾਂ ਕੋਈ ਵੀ ਕਰ ਸਕਦਾ, ਇਹ ਭਾਸ਼ਾ ਨੂੰ ਮਿਸਯੂਜ਼ ਤਾਂ ਕੋਈ ਵੀ ਕਰ ਸਕਦਾ, ਮਿਸਯੂਜ਼ ਕਰਨ ਲੱਗੇ ਦੂਜਿਆਂ ਕੋਲ ਵੀ ਬਹੁਤ ਹੈ ਮਿਸਯੂਜ਼ ਕਰਨ ਨੂੰ, ਮਿਸਯੂਜ਼ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ, ਮਿਸਯੂਜ਼ ਕੋਈ ਵੀ ਕਰ ਸਕਦਾ ਕਿਸੇ ਚੀਜ਼। ਹਾਂਜੀ, ਅਮਲ ਜੇ ਕੀਤੇ ਦੁਨੀਆਂ ਵਿੱਚ ਦਰਗਾਹ, ਦਰਗਾਹ ਚ ਅਮਲ ਕੀਤੇ ਕੰਮ ਆਉਣੇ ਨੇ, ਕਹਿੰਦੇ ਵੀ ਇਹ ਗੁਰਬਾਣੀ ਸਪੋਰਟ ਵੀ ਕਰਦੀ ਹੈ, ਅਮਲੀ ਕੋ ਜੈਸੇ ਅਮਲ ਬਾਲਾ ਤੈਸੇ ਮੇਰੇ ਮਨ ਰੱਬ, ਇਹ ਆਰਾਮ ਵਾਲਿਆਂ ਦੇ ਆਰਾਮ ਕੰਮ ਆਊ, ਸਾਡੇ ਅਮਲ ਕੰਮ ਆ ਜਾਣਗੇ ਬਰਾਬਰ, ਇਹ ਉਹ ਤਾਂ ਇਹ ਕਰ ਲੈਣਗੇ ਅਰਥ, ਜਿਹਨੇ ਨਾਮ ਜਪ ਲਿਆ ਉਹਦੇ ਨਾਮ ਕੰਮ ਆ ਗਿਆ, ਸਾਡੇ ਅਮਲ ਕੰਮ ਆ ਗਏ, ਦੋਹਾਂ ਦੀ ਕੰਪੈਰੀਜ਼ਨ ਕੀਤਾ ਹੋਇਆ, ਸਿਆਪਾ ਵਾਦਣਗੇ ਉਹ, ਤੇ ਦਿਮਾਗ ਉਹਨਾਂ ਦੇ ਬਹੁਤ ਨੇ, ਖਬਰੇ ਸੁਣ ਕੇ ਹੀ ਗੱਲ ਲੈਣ, ਉਹ ਸਟੈਂਡ ਲੈਣ, ਇਸ ਕਰਕੇ ਇਹਦਾ ਮਿਸਯੂਜ਼ ਕਰਨਾ ਆਪਣੇ ਵਾਸਤੇ ਨੁਕਸਾਨਦੇਹ ਹੈ। ਫਸਲ ਕੀ ਬਣੇਗਾ, ਜੋ ਵੀ ਅਸੀਂ ਅਮਲ ਕੀਤੇ ਨੇ ਦੁਨੀਆਂ 'ਚ, ਕੰਮ ਕੀਤੇ ਨੇ, ਪ੍ਰੈਕਟੀਕਲ ਕੀਤਾ ਹੈ, ਸੋਚਣਾ
ਜਿਹੜਾ ਹੈ ਉਹ ਗੱਲ ਹੋਰ ਹੈ। ਜੇ ਅਸੀਂ ਗੁਰਬਾਣੀ ਸਿੱਖ ਬਣਨਾ ਕੋਈ ਹੋਰ ਹੈ, ਜੇ ਸਿੱਖੀ ਕੋਈ ਕਮਾਈ ਹੈ ਅਸੀਂ, ਜੇ ਤਾਂ ਰਹਿ ਗਏ ਮੁੱਖ ਗਿਆਨੀ ਧਨਵੰਤ। ਗਿਆਨ ਕੋਲ ਬਥੇਰਾ ਪਰ ਮੂੰਹ ਮੂੰਹ ਚ ਅਮਲ ਨਹੀਂ, ਪ੍ਰੈਕਟੀਕਲ ਸੀ ਨਹੀਂ ਲੈਂਦਾ ਮਨ ਦੇ ਉੱਤੇ, ਉਹਦਾ ਮਨ ਨੂੰ ਤਬਦੀਲ ਨਹੀਂ ਆਈ, ਮਨ ਚ ਤਬਦੀਲੀ ਨਹੀਂ ਆਈ, ਫਿਰ ਨਹੀਂ ਕਾਬੂ ਨਾ ਦਰਗਾਹ ਚ। ਜੇ ਸਾਰੀ ਜ਼ਿੰਦਗੀ ਗੁਰਦੁਆਰੇ ਹੀ ਜਾਂਦੇ ਰਹੇ, ਮੱਥਾ ਹੀ ਟੇਕਦੇ ਰਹੇ, ਕੜਾਹ ਪ੍ਰਸ਼ਾਦ ਵੀ ਰੋਜ਼ ਚੜਾਉਂਦੇ ਰਹੇ, ਕੋਈ ਕੰਮ ਨਹੀਂ ਹੋਣਾ ਤੁਹਾਡੇ। ਉਹਦੀ ਰੋਜ਼ ਦੀ ਰੋਜ਼ ਅਰਦਾਸ ਕਰਕੇ ਉਹਨੂੰ ਕੋਈ ਮੰਗਦੇ ਰਹੇ, ਤੁਸੀਂ ਨਾ ਵੀ ਮੰਗਦੇ ਰਹੋ ਤਾਂ ਵੀ ਫੁੱਲੇ ਲੱਗਦੇ, ਇਹਨੂੰ ਫਲ ਲੱਗਦਾ ਹੀ ਨਹੀਂ, ਇਹਨੂੰ ਨਹੀਂ ਫਲ ਲੱਗਦਾ ਹੁੰਦਾ। ਅਮਲ ਹੈ ਤਬਦੀਲੀ, ਮਨ ਦੇ ਵਿੱਚ ਤਬਦੀਲੀ ਆਉਣੀ, ਜੀਵਨ 'ਚ ਤਬਦੀਲੀ ਆਉਣੀ, ਉਹ ਕੰਮ ਆਉਣੀ। ਹਾਂਜੀ।